ਸਾਨੂੰ ਜਦੋਂ ਵੀ ਗਰਮੀ ਦੀਆਂ ਛੁੱਟੀਆਂ ਪੈਂਦੀਆਂ ਤਾਂ ਅਸੀਂ ਬੜੇ ਚਾਵਾਂ ਦੇ ਨਾਲ ਆਪਣੇ ਦਾਦਕੇ ਘਰਾਂ ਦਾਦਾ ਜੀ ਕੋਲ ਆਉਂਦੇ। ਦਾਦਾ ਜੀ ਸਾਨੂੰ ਹਮੇਸ਼ਾ ਪੰਜਾਬ ਦੇ ਹਾਲਾਤਾਂ ਦੀਆਂ ਕੁਝ ਦਿਲ ਨੂੰ ਟੁੰਬਣ ਵਾਲੀਆਂ ਅੱਖੀਂ ਦੇਖੀਆਂ ਹੱਡ ਬੀਤੀਆਂ ਅਤੇ ਕੁਝ ਕਿੱਸੇ ਸੁਣਾਉਂਦੇ। ਅੱਜ ਵੀ ਦਾਦਾ ਜੀ ਨੇ ਇੱਕ ਘਟਨਾ ਸੁਣਾਉਣੀ ਸ਼ੁਰੂ ਕੀਤੀ। ਇਹ ਜਿਹੜੀ ਘਟਨਾ ਮਾਝੇ ਦੇ ਇਲਾਕੇ ਵਿੱਚ ਪੈਂਦੇ ਇੱਕ ਪਿੰਡ ਤੋਂ ਸ਼ੁਰੂ ਹੁੰਦੀ ਹੈ। ਜੇ ਤੇਰਾ ਸਰੀਰ ਟੁੱਟਣ ਭੱਜਣ ਡਿਆ ਤੇ ਇਹਦੇ ਵਿੱਚ ਮੈਂ ਕੀ ਕਰ ਸਕਦਾ ਓਏ ਚਾਚਾ। ਮਾਸਾ ਮਾਲ ਹੈਗਾ ਦੇ ਫਿਰ। ਉਹ ਕਿਹੜੇ ਮਾਲ ਦੀ ਗੱਲ ਕਰਦਾ ਕਸ਼ਮੀਰਿਆ? ਉਹੀ ਮਾਲ ਓਏ, ਉਹ ਮਾਲ ਖਰੀਦਣ ਦੇ ਲਈ ਜਿਹੜੀ ਮਾਲ ਚਾਹੀਦਾ ਕਸ਼ਮੀਰਿਆ। ਮਾਲ ਦਿਆ ਨਹੀਂ ਸਰਦਾਰ ਜੀ। ਓਏ ਮਾਲ ਦੀ ਤੂੰ ਫਿਕਰ ਨਾ ਕਰੋ। ਓਏ ਛੋਟੂ, ਕਸ਼ਮੀਰ ਨੂੰ ਇੱਕ ਪੈਗ ਬਣਾ ਕੇ ਦੇ ਓਏ। ਸਰਦਾਰ ਜੀ ਹਮ ਪਾਤੇ ਹੈ। ਤੂੰ ਕੀ ਯਾਦ ਕਰੇਗਾ ਕਸ਼ਮੀਰ ਨਾਲ? ਲੈ ਫਿਰ ਕਸ਼ਮੀਰਿਆ, ਲੈ ਨਜ਼ਾਰੇ ਵੈਲੀ ਪੁਰੀ ਦੇ। ਓਏ ਬੱਲੇ ਬੱਲੇ, ਓਏ ਸ਼ੇਰ ਪੁੱਤਰਾ ਕਿੱਦਾਂ ਆ ਗਿਆ? ਓਏ ਕੀ ਗੱਲ ਸ਼ੇਰ ਪੁੱਤਰਾ, ਬੋਤਲ ਵੱਲ ਬੜਾ ਧਿਆਨ ਟਕਾਇਆ। ਲਾਉਣਾ ਪੈਗ? ਨਹੀਂ ਬਾਪੂ। ਦੇਖ ਲਾ, ਜਦੋਂ ਮੈਂ ਤੇਰੇ ਨੂੰ ਵੀ ਛੋਟਾ ਸੀਗਾ ਜਦੋਂ ਪਹਿਲੀ ਵਾਰ ਪੈਗ ਲਾਉਣਾ ਸ਼ੁਰੂ ਕਰ ਦਿੱਤਾ ਸੀ। ਦੇਖ ਲਾ, ਚੱਕ ਲੈ ਵੈਲੀ ਪੁਰੀ ਦਾ ਸਵਾਲ। ਇਹਨਾਂ ਕੀਤੀ ਸ਼ੇਰ ਪੁੱਤਰਾਂ ਵਾਲੀ ਗੱਲ। ਲੈ ਨਜ਼ਾਰੇ, ਤੂੰ ਵੀ ਕੀ ਯਾਦ ਕਰੇਗਾ ਬਾਪੂ ਨੇ ਕੀ ਪਾਇਆ ਸੀ।
इत्थे प्यो ने ही अपने पुत्र नूं पहली वार शराब पिया के अपने ही पुत्र की बर्बादी की नींह रख दित्ती। वह पुत्र ने इन्ने हदों वध नशे करने शुरू कर दिते कि उहदा एक जिहड़ा नाम है नामवर नशेड़ियां विच आउणा शुरू हो गया। हेलो हाँ भी पिंदू कि यार जल्दी कर यार फ्रीर बार टुटन दिया तेन उड़ीकने कदम हाँ हाँ तेन पता अपना टिकाणा उ बस आया तू अं वे उड़ीकने तेन उ प्रापटे दिन हो गए मिले यार बापू नूं फिर मिलिया नहीं माल तेन पता रिस्की काम है चंगा भरावा जावा चल ठीक है मिलते हैं फिर है तू रजा ही बड़ा यार भरा मिल गए भरा के नशे आ छ भरा नशा की रखा कम कुम वेख्या कर नशे करता तेरा बुढ़ा वा यार सब तो कसूर तेरे बुढ़े का जिन्हें यार तेरे नशा दे लाया वा अपने वीरार पार्टी बनती है वीर हो गया फौज हो गया
ਬਸ ਤੇਰੇ ਭਰਾ ਦਾ ਵੀ ਚੱਲਿਆ ਵਧੀਆ ਕੰਮ ਨੌਕਰੀ ਮਿਲ ਗਈ ਆ ਰੱਬ ਅਸੀਂ ਕਹਿੰਦੇ ਤੈਨੂੰ ਵੀ ਨੌਕਰੀ ਦਵੇ ਬਾਜਾ ਯਾਰ ਨਸ਼ੇ ਛੱਡ ਦੇ ਮੇਰਾ ਵੀ ਤੈਨੂੰ ਸਮਝਾਉਂਦੇ ਯਾਰ ਨਸ਼ਾ ਬਹੁਤ ਹੀ ਮਾੜੇ ਹਾਲਾਤ ਹੈ ਮਾਲਾ ਜੇ ਤੂੰ ਦੁਨੀਆਂ ਚੱਲ ਗਿਆ ਤੇਰੇ ਬਾਪੂ ਦਾ ਕੀ ਬਣੂਗਾ ਛੱਡਦੀ ਨਸ਼ਾ ਨੁਸ਼ਾ ਚੰਗਾ ਫਿਰ ਮੈਂ ਚੱਲਿਆ ਚੰਗਾ ਗੌਰ ਕਰੀ ਸਾਡੀ ਗੱਲ ਤੇ ਧਿਆਨ ਨਾ ਜਾਈ ਨਹੀਂ ਤੇ ਛੱਡ ਆਈਏ ਉਹ ਧਿਆਨ ਨਾਲ ਦੇਖਦਾ ਫਿਰਦਾ ਯਾਰ ਵੇਖ ਲਾ ਗੇਅਰ ਤੇ ਕੱਢ ਲਾਈ ਯਾਰ ਉਹ ਧਿਆਨ ਨਾ ਪਤਾ ਲੱਗੂ ਜਿਨ੍ਹਾਂ ਪੁੱਤਰਾਂ ਨੇ ਆਪਣੇ ਮਾਪੇ ਘਰੋਂ ਕੱਢੇ ਜਦੋਂ ਹੋ ਜਾਣਾ ਇਹ ਤੇਰੀ ਕੀਤੀ ਦੀ ਸਜ਼ਾ ਸਾਰੀ ਪਹਿਲਾਂ ਤੂੰ ਕਈ ਲੋਕਾਂ ਦੇ ਘਰ ਬਰਬਾਦ ਕੀਤੇ ਸੀ ਉਹ ਵੀ ਪਿਓ ਕਈ ਰੋਏ ਸੀ ਇਸ ਤੇਰੇ ਨਸ਼ੇ ਕਰਕੇ ਤੂੰ ਨਸ਼ੇ ਵੇਚਦਾ ਰਿਹਾ ਕਈ ਘਰ ਬਰਬਾਦ ਹੋ ਗਏ ਕਈ ਮਾਵਾਂ ਦੇ ਪੁੱਤ ਉਹਨਾਂ ਦੀ ਚਲ ਗਏ ਇਸ ਦੁਨੀਆਂ ਤੋਂ ਉਹ ਵੀ ਦੇਖ ਕਿੱਦਾਂ ਦੁੱਖਾਂ ਵਿੱਚ ਨਿਕਲੇ ਸੀ ਨਾ ਕਈਆਂ ਦੇ ਇਕੱਲੇ ਇਕੱਲੇ ਪੁੱਤ ਸੀ ਉਹ ਵੀ ਨਸ਼ਿਆਂ ਵਿੱਚ ਪੈ ਕੇ ਸਾਰੇ ਉਜਾੜਾ ਹੋ ਗਿਆ ਪੁੱਤ ਓਏ ਭਤੀਜਾ ਮੈਂ ਆਪਣੇ ਦੌਰ ਕਮਾਉਣ ਦੀ ਖਾਤਰ ਪਤਾ ਨੀ ਕਿੰਨੀਆਂ ਕਿਹਦੇ ਘਰਾਂ ਦੇ ਦੀਵੇ ਬੁਝਾਤੇ ਪਤਾ ਨੀ ਕਿੰਨੀਆਂ ਮਾਵਾਂ ਦੇ ਪੁੱਤ ਖੋਲੇ ਕਿੰਨੀਆਂ ਭੈਣਾਂ ਦੇ ਭਰਾ ਖੋਲੇ ਪਿਓ ਖੋਲੇ ਘਰਾਂ ਦੇ ਘਰ ਬਰਬਾਦ ਕੀਤੇ ਪਰ ਰੱਬ ਨੇ ਮੈਨੂੰ ਸਜ਼ਾ ਦਿੱਤੀ ਜੇ ਮੈਂ ਲੋਕਾਂ ਦੇ ਪੁੱਤ ਮਾਰਨ ਨੇ ਭਤੀਜਾ ਅੱਜ ਰੱਬ ਨੇ ਮੇਰਾ ਇੱਕੋ ਇੱਕ ਪੁੱਤ ਖੋਲਿਆ ਮੈਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਹੱਕ ਦੀ ਖਾ ਲਿਓ ਪਰ ਕਦੇ ਦੋ ਨੰਬਰ ਦੇ ਚੱਕਰ ਦੇ ਵਿੱਚ ਲੋਕਾਂ ਦੇ ਘਰ ਨਾ ਬਰਬਾਦ ਕਰਿਓ ਘਰ ਨਾ ਬਰਬਾਦ ਕਰਿਓ ਜਿਵੇਂ ਇੱਕ ਪਿਓ ਨੇ ਲੋਕਾਂ ਦੇ ਮੁੰਡਿਆਂ ਨੂੰ ਨਸ਼ੇ ਦੇ ਲਾ ਕੇ ਉਹਨਾਂ ਦੇ ਘਰ ਬਰਬਾਦ ਕਰ ਦਿੱਤੇ
किसी जोगे नहीं रहन दिता, उन्हां दी जिहड़ी जवानी है वह खराब कर दिती। जिस दिन इस प्यो का अपना पुत्र नशे की गिरफ्त विच आया तो भुब्बा मार के रोंदा है। सो असी इत्थे ये कह सकते हाँ कि इस प्यो नू एक सज़ा मिली, जिवें उन्हें लोगों के पुत्रां दे घर बर्बाद किए, भैणां दे कोलों भरा खो ले, माँ प्यो दे कोलों पुत्र खो ले, घर वालियां दे कोलों घर वाले खो ले नशे। इस तरीके नाल अज इस नशे कार नू जिहड़ा नशे वंड वंड के लोगों के घर बर्बाद करता सी, अज जदों उहदा अपना ही पुत्र इस नशे दे विच पै गया तां उह भुब्बा मार के रोंदा है। जदों असीं धन धन श्री गुरु ग्रंथ साहिब जी की बाणी पढ़ते हैं ना, उहदे विच बड़ा प्यारा बचन आउंदा है कि जिहा बीजै सो लूणै करमा संदड़ा खेत, कि जूं इह अपने करमा रूपी खेत विच जिस तरह का बीजदा है तां उदां दा ही वढ़दा है। सो इस तरीके नाल अज इस प्यो ने जिदा का बीजा सीगा उसे ही तरह का उन्हें वड्या, ते वो जिहड़ी सज़ा है उन्हें भुगतनी पई। सो मैं सारे ही समाज नूं इस कहानी राही इस घटना दे राही मैसेज देना चाहुंदा हाँ, संदेश देना चाहुंदा हाँ कि असी नशियां तों बच सकीए, असी नौजवान पीढ़ी नूं इस गंदे रस्ते तों कढ सकीए, ते उन्हां नूं एक सुचजे नौजवान सुचजे रस्ते वाले जिहड़ा है उन्हूं पा सकीए। सो तुसीं इस मैसेज नूं बड़े सोच समझ के समझोगे, अपने जीवन के अंदर ढालोगे। सत श्री अकाल।